ਮੈਂ ਕਹਿੰਦੀ ਆ ਮਾਂ ਦਾ ਸਭ ਤੋਂ ਪਹਿਲਾ ਤੇ ਆਖਰੀ ਲਾਡ ਜਗਾ ਨਾ ਉਹ ਆਪਣੀ ਔਲਾਦ ਵਾਸਤੇ ਚੂਰੀ ਬਣਾਉਣੇ ਚ ਠੀਕ ਹੈ ਮਾਂ ਨੂੰ ਜੇ ਵੀ ਠੰਡ ਪੰਦੀ ਹੈ ਨਾ ਆਪਣੀ ਔਲਾਦ ਵਾਸਤੇ ਗਰਮ ਗਰਮ ਰੋਟੀ ਦੀ ਚੂਰੀ ਬਣਾਉਣ ਵਿੱਚ ਮੈਂ ਕਹਿੰਦੀ ਆ ਉਹ ਕਿਤੇ ਵੀ ਨਹੀਂ ਆਉਂਦੀ ਤੇ ਐਸੀ ਬਣਾ ਲੀ ਜੇ ਰੋਟੀ ਗਰਮਾ ਗਰਮ ਉੱਤੇ ਰੱਖ ਦਿੱਤੀ ਐਸੀ ਟਿੱਕੀ ਬਟਰ ਦੀ ਇਹਨੂੰ ਅਸੀਂ ਉਸੇ ਤੱਕ ਜਨਾ ਟਕਣਾ ਮੁਹੱਬਤ ਨਾਲ ਠੀਕ ਹੈ ਤੇ ਚਾਹਤ ਨਾਲ ਜਿਸ ਤਾਂ ਅਸੀਂ ਆਪਣੇ ਬੱਚੇ ਨੂੰ ਕਜੀ ਟੱਕੀ ਦਾ ਆਪਣੇ ਮੁਹੱਬਤ ਤੇ ਚਾਹਤ ਦੇ ਸائے ਵਿੱਚ ਠੀਕ ਹੈ ਜੀ ਐਸ ਤਾਂ ਤੂੰ ਵੀ ਹਲਕਾ ਹਲਕਾ ਉਹਨੂੰ ਦਬਾਦ ਹੋ ਤਾਂ ਕਿ ਵਿੱਚ ਜਿਹੜਾ ਬਟਰ ਹੈ ਨਾ ਉਹ ਚੰਗੀ ਤਰ੍ਹਾਂ ਜਿਹੜਾ ਨਾ ਮੈਲਟ ਹੋ ਜਾਏ ਉਹਨ ਰੋਟੀ ਜੇ ਦੀ ਉਹ ਕਾਫੀ ਗਰਮ ਹੁੰਦੀ ਹੈ ਤੇ ਉਦੀ ਵਜ੍ਹਾ ਤੋਂ ਬਟਰ ਵੀ ਗਾਮ ਹੋ ਜਾਂਦਾ ਲੇਕਿਨ ਐ ਕਿ ਮਾਮਾ ਨੂੰ ਕਿਹੜਾ ਫਰਕ ਪੈਂਦਾ ਹੈ ਉਹ ਫਿਰ ਲੱਗੀਆਂ ਜਾਂਦੀਆਂ ਨੂੰਨੂੰ ਹਲਕਾ 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 ਕੁੱਟਣ ਵਿੱਚ ਤੇ ਬਸ ਐਸੇ ਤੈਂ ਤੁਸੀਂ ਵੀ ਨਾ ਕਦੇ ਹੱਥ ਚੁੱਕ ਲਿੱਤਾ ਤਾਂ ਕਦੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਠੀਕ ਹੈ ਤੇ ਬਸ ਕਰਦੇ ਆ ਕਰਦੇ ਆ ਜਗਾ ਨਾ ਤਾਂ ਆਪੇ ਤੁਹਾਨੂੰ ਆਦਤ ਪੈ ਜਾਂਦੀ ਹੈ ਜਦੋਂ ਤੁਸੀਂ ਆਪਣੀ ਮੁਹੱਬਤ ਵਿੱਚ ਪਾਉਂਦੇ ਹੋ ਨਾ ਤੇ ਆਪਣੀ ਸੋਚ ਵਿੱਚ ਪਾਉਂਦੇ ਹੋ ਕਿ ਬਈ ਮੇਰੇ ਬੱਚੇ ਨੇ ਗਰਮ ਗਰਮ ਖਾਇਆ ਤਾਂ ਮਜ਼ਾ ਆਉਂਦਾ ਹੈ ਤੇ ਉਹ ਤੁਸੀਂ ਫੇ ਭੁੱਲੀ ਜਾਂਦੇ ਹੋ ਕਿ ਤੁਹਾਡੀਆਂ ਉਂਗਲਾਂ 'ਚ ਭਾਵੇਂ ਜਲਨ ਤੇ ਭਾਵੇਂ ਜੋ ਵੀ ਹੋਵੇ ਹੈ ਤੇ ਵੈਸੇ ਵੀ ਮਾਂ ਤੇ ਕਿੱਥੇ ਹੱਥਾਂ ਨੂੰ ਸੇਕ ਲੱਗਦਾ ਹੈ ਤੇ ਚਲੋ ਜੀ ਇਹਨੂੰ ਚੰਗੀ ਤਾਂ ਇਸ ਤਰ੍ਹਾਂ ਜਾਣਾ ਤੁਸੀਂ ਉਹਨੂੰ ਕੱਲ ਲਵੋ ਛੋਟੇ ਛੋਟੇ ਪੀਸਿਸ ਵਿੱਚ ਠੀਕ ਹੈ ਤੇ ਜੇ ਕੋਈ ਅੱਗੇ ਪਿੱਛੇ ਬਟਰ ਦਾ ਕੋਈ ਪੀਸ ਹੈ ਜੇ ਉਹਨੂੰ ਵੀ ਵਿੱਚ ਜਿੱਥੇ ਕਿਤੇ ਗਮੈਸ਼ ਰੋਟੀ ਦੀ ਉਦੇ ਚਾਦੋ ਤਾਂ ਕਿ ਉਹ ਵੀ ਪਿਗਲ ਜਾਏ ਠੀਕ ਹੈ ਤੇ ਮੈਂ ਕਹਿੰਨੀ ਆ ਕਿ ਚੂਰੀ ਕੁੱਟਦਿਆਂ ਕੁੱਟਦਿਆਂ ਨਾ ਜੋ ਤੁਹਾਡੇ ਦਿਲ ਵਿੱਚ ਮੁਹੱਬਤ ਆਂਦੀ ਹੈ ਨਾ ਜੋ ਤੁਹਾਡੇ ਦਿਲ ਵਿੱਚ ਮਠਿਆਸ ਆਂਦੀ ਹੈ ਜੋ ਤੁਹਾਡੇ ਸੋਚ ਵਿੱਚ ਮਠਿਆਸ ਆਂਦੀ ਹੈ ਉਹ ਫਿਰ ਤੁਸੀਂ ਜਿਹੜੀ ਹੈ ਨਾ ਇਸ ਕਲੀ ਚੀਨੀ ਨਾਲ ਨਹੀਂ ਕਬਰ ਹੁੰਦੀ ਐ ਤੇ ਚਲੋ ਦੁਨੀਆਦਾਰੀ ਦੀ ਚੀਨੀ ਹੈ ਹੈ ਲੇਕਿਨ ਜੇ ਤੁਸੀਂ ਆਪਣੀ ਮੁਹੱਬਤ ਦੀ ਚੀਨੀ ਵਿੱਚ ਸੱਟੀ ਹੁੰਦੀ ਹੈ ਨਾ ਆਪਣੀ ਚਾਹਤ ਦੀ ਹੈ ਉਹ ਉਹਦੀ ਗੱਲ ਹੀ ਵੱਖਰੀ ਹੁੰਦੀ ਹੈ ਲੇਕਿਨ ਚਲੋ ਦੋਨੋਂ ਚੀਨੀਆਂ ਨੂੰ ਵਿੱਚ ਮਿਲਾ ਮਲੋ ਕਿ ਨਾ ਚੰਗੀ ਤਾਂ ਹੈ ਤੇ ਸਾਈਦਾ ਵੀ ਦੀਆਂ ਚੰਗੀ ਤਾਂ ਸਾਫ ਸੋਫ ਕਰਕੇ ਤੇ ਵਿੱਚ ਜੇ ਕੋਈ ਇੱਕ ਦੋ ਮੋٹے ਪੀਸ ਰਹਿ ਜਾਣ ਉਹਨਾਂ ਨੂੰ ਵੀ ਚੰਗੀ ਤਾਂ ਹਸਤੰਤ ਬਾਤ ਦਬੋਕ ਕੇ ਤੇ ਤੁਸੀਂ ਜਗਾ ਨਾ ਆਪਣੀ ਥੂੜੀ ਨੂੰ ਸਹੀ ਤਰ੍ਹਾਂ ਜਿਆਣਾ ਸੈਟ ਕਰ ਲੋ ਹੈ ਇਹ ਉਹਨੂੰ ਤੁਸੀਂ ਅੱਗੇ ਪਿੱਛੇ ਜਿਸ ਤਰ੍ਹਾਂ ਆਪਣੀ ਡਿਸ਼ ਵਿੱਚ ਸੈਟ ਕਰਨਾ ਤੇ ਸੈਟ ਕਰਕੇ ਤੇ ਇਸ ਤਰ੍ਹਾਂ ਆਪਣੇ ਬੱਚੇ ਨੂੰ ਦੇ ਦੋ ਤੇ ਮੈਂ ਕਹਿੰਨੀ ਆ ਕਿ ਉਹਦੇ ਇੱਕ ਇੱਕ ਲੁਕਮੇ ਵਿੱਚ ਜੋ ਤੁਸੀਂ ਮੁਹੱਬਤ ਪਾਈ ਹੁੰਦੀ ਹੈ ਨਾ ਉਹ ਦੇਖਾਂ ਇੱਕ ਇੱਕ ਲੁਕਮੇ ਵਿੱਚ ਉਹ ਤੁਹਾਨੂੰ ਫੀਲ ਕਰਾ ਦਿੰਦਾ ਹੈ ਬੱਚਾ ਕਿ ਬਈ ਮੈਨੂੰ ਇਹ ਮੁਹੱਬਤ ਮਿਲ ਗਈ ਤੇ ਉਹ ਤਾਂ ਜ਼ਿੰਦਗੀ ਫਿਰ ਉਹਦੇ ਦਿਲ ਵਿੱਚ ਨਹੀਂ ਨਿਕਲਦੀ